वालेकुम मैं हूं यूसफ़ राजा और आप देख रहे हैं साइबर टीवी. नाजरीन आज हम मौजूद हैं इस्लामाबाद हाईवे पर यहाँ पर एक शख्स और उनकी वाइफ बड़ी माम सरकार की मोहब्बत में सरगोदा से पैदल ये रेड़ी और इसमें डाली लेकर उनके आस्थाने पे जा रहे हैं आइए इनसे मिलते हैं वालेकुम जी वाले जी अच्छा वरह वक्ा जी क्या नाम है आपका मोहम्मद इमाम जी محمد امام دین صاحب اپ کہاں سے پیدل آ رہے ہیں جی حضرت تمام بری سرکار دا عشق ہے من جی من وی 25 سال ہو گن 35 جی لو دندی پور میں اوناں جی میں سرگودے تو گڈی پروائنا ادوں ڈال ہی لے کے آوناں ج راستے لنگر بھی من ملدا کوئی من پریشانی نہیں کوئی کسی قسم دی کمی نہیں کتنے دن لگائے اپ نے وہاں سے آتے ہوئے من 10 وندے ہیں سرکار دے ویڑے چ آیا ਅਈ 10 ਦਿਨ ਦਾ ਮਤਲਬ ਲੇ ਇੱਥੇ ਪਹੁੰਚ ਗਏ ਜੀ ਅੱਗੇ ਹੁਣ 10 ਰੈਨ ਤੇ 40 45 ਮੀਲ ਸਫਰ ਰਹਿ ਗਿਆ ਜੀ ਅੱਲਾ ਪਾਈ ਤਰ پاک ਮੌਲਾ ਅਲੀ ਕਰਮ ਕਰੇ ਸੀ ਜੀ ਮੈਂ ਪਹੁੰਚ ਜਾਾਂਗਾ ਅੱਲਾ ਦੁਖ ਮੇਨਾ ਆਪ ਕੇ ਸਾਥ ਇਹ ਕੋਣ ਹੈ ਇਹ ਆਪकी ਬੀگم ਇਹ ਵੀ ਪੈਦਲ ਆਈ ਹੈ ਜੀ ਇਹ ਵੀ ਪੈਦਲ ਆਣ ਜੀ ਮੇਰੀ ਬੀگم ਹੈ ਮੈਂ ਸਰਕਾਰ ਇੱਕ ਢੋਲਦਾਈ ਸ਼ਖਸੀ ਮੈਂ ਸਰਗੋਦੇ ਆਇਆ ਇੱਥੇ ਸਲਾਮੀ ਆਇਆ ਸਾਂ ਤੇ ਇਹਨਾਂ ਸਾਈ ਮੰਜ਼ੂਰ ਰੱਖਿਆ ਬਾਵਾਜੀ ਇੱਥੇ ਰਹਿ ਰਹੋ ਤੋ ਰਾਤ ਕੋ ਆਪ ਸਫਰ ਹੀ ਕਰਤੇ ਹੈ ਜਾਂ ਰਾਤ ਕੋ ਖੜੇ ਹੋ ਜਤੇ ਹੈ ਜੀ ਰਾਤ ਕੋ ਸਫਰ ਕਰਤੇ ਆ ਸੋਬਾ ਜਨਾਬ ਨਮਾਜ਼ ਪੜ ਕੇ ਤੇ ਲੰਗਰ ਖਵਾ ਕੇ ਸਾਈਂ ਵਿਧਿਆ ਕਰਦੇ ਨੇ ਜਿੱਥੇ ਹੋ ਵੀ ਹੈ ਜੀ ਅਭੀ ਕਿਤਨਾ ਟਾਈਮ ਲੱਗੇਗਾ ਹੋਰ ਆਪ ਕੋ ਬਰੀ ਮਾਮ ਪਹੁੰਚਨੇ ਮੇ ਜੀ ਦੋ ਦਿਨ ਲੱਗ ਜਾਂਦੇ ਮੈਂ ਤਾਂ ਆਪਣੇ ਦਿਲ ਦੇ ਵਿੱਚ ਆਖਣਾ ਜੀ ਮੈਂ ਕੱਲ ਪਹੁੰਚੀ ਜਾਵਾਂਗਾ ਦੁਨੀਆ ਮੈਂ ਆਖਰੀ ਕਿ ਬਾਬਾ ਜੀ ਦੋ ਦਿਨ ਹੋਰ ਲੱਗ ਜਾਂਦੇ ਹਰ ਸਾਲ ਆਪ ਅਭੀ ਵਾਪਸ ਜਾਏਗੇ ਫਿਰ ਅਗਲੇ ਸਾਲ ਫਿਰ ਵਾਪਸ ਆਏਗੇ ਜੀ ਬਿਸਮਿਲ੍ਲਾ ਅਗਲੇ ਸਾਲ ਫੇਰ ਆਵਾਂਗਾ ਜੀ ਇਧਰੋਂ ਮੈਂ ਬਸ ਵੈਨਾ ਜੀ ਉਧਰੋਂ ਡਾਲੀਪੁਰ ਲੈ ਕੇ ਆਉਣਾ ਜੀ ਔਰ ਇਹ ਜੋ ਆਪਕੀ ਬੀگم ਹੈ ਜੀ ਇਹ ਵੀ ਕਿਤਨੇ ਸਾਲੋਂ ਸੇ ਆਪਕੇ ਸਾਥ ਆ ਰਹੀ ਹੈ ਇਹ ਵੀ 30 35 ਸਾਲ ਹੋ ਗਏ ਜੀ ਇਸ ਨੂੰ ਨਾ 10 ਸਾਲ ਹੋ ਗਏ ਜੀ ਇਹ ਦੂਸਰੀ ਬੀگم ਹੈ ਮੇਰੀ ਅਗਲੀ ਬੀگم ਜਿਹੜੀ ਉਹ ਮਤਲਬ ਉਹਨਾਂ ਬੱਚਿਆਂ ਕੋਲ ਹੈ ਜੀ ਇਹ ਵਾਫੇਰ ਬੀگم ਕੀਤੀ ਇਸ ਨੂੰ 8 9 ਸਾਲ ਹੋ ਗਏ ਜੀ ਇਹ ਸਰਕਾਰ ਦੇ ਵਿਦੇਸ਼ ਪਹਿਲੀ ਵਾਰ ਆ ਰਹੀ ਜੀ ਸਖੀ ਲਾਈ ਪਾਰਾਂ ਕੋਲ ਬਾਬਾ ਜੀ ਇਹ ਅਮੇ ਬਤਾਏ कि दस दिन का सफ़र आप करके आए हैं तो रास्ते में कोई लोग नहीं मिले जिन्होंने कहा हो कि आप क्यों पैदल जा रहे हैं ये गाड़ी में रखें हम आपको छोड़ देते हैं जल्दी छोड़ देते हैं जी उन्होंने मेरे को पूछा जी मन सरकार का इश्क लगवा जी मैं, लग मैं उन्होंने सीधी बात दस रहा कि मैं हज़रत इमाम बरी सरकार का नौकर हाँ जी ये मन सरकार का इश्क लगवा जी मैं जी तुम तो पहले कह कि जनाब मन मनोहद कोई अल्लाह तला नहीं सी याद मेरे बुरे काम से रज के बुरे सी लेकिन इस दरवाजे से मैं आया जी मैं इंसान बन गया अल्लाह पाँच दिन पाक मैं इतने राज़ी हो गया जी हूँ मैं वक्त नमाज पढ़दा जी शाम जितने तीन मत बल मैं जाग दूँ मैं इबादत करदा जी अल्लाह ताल इन्होंने वेहड़ो और इस इलाके ना बाद दत फरमाए अभी आप कितने दिन इधर स्टे करेंगे रुकेंगे इधर कितने दिन रुकेंगे रहेंगे ਜੀ ਮੇਰੇ ਇਮਾਨ ਤਾਂ ਕਹਿੰਦਾ ਕਿ ਮੈਂ ਰਾਤ ਦਿਨ ਕਰਕੇ ਮੁਰਸ਼ਿਦ ਦੇ ਦਰਵਾਜ਼ੇ ਤੇ ਪਹੁੰਚਾਂ ਲੇਕਿਨ ਉਹ ਦੁਨੀਆ ਵੀ ਆਖਰੀ ਔਰ ਮਤਬਲੇ ਮੇਰੀ ਬੇਗਮ ਸਾਹਿਬ ਵੀ ਆਖਰੀ ਕਿ ਆ ਰਾਮ ਨਾਲ ਚਲੀਏ ਦੋ ਦਿਨ ਜਿੱਥੇ ਲਗਣੇ ਉਥੇ ਚਾਰ ਦਿਨ ਲੱਗ ਜਾਂਦੇ ਸਕੂਨ ਨਾਲ ਲੱਗੇ ਬਣੀਏ ਔਰ ਜਿੱਥੇ ਵੀ ਮੈਂ ਪੱਕੀ ਤੇ ਇਧਰ ਉਧਰ ਸਟੇਕ ਰਹਿਣਾ ਉਥੇ ਮੰਜੀ ਬਿਸਰਾ ਬਿਜਲੀ ਔਰ ਮੈਂ ਲਾਈਟਾਂ ਰੱਖੀਆਂ Hazrat Mamdari Sarkar ਦੇ ਸ਼ਿਕਵਾਸੇ ਵੱਡੇ ਵੱਡੇ ਮੈਂ ਸ਼ੌਕ ਨਾਲੇ ਡਾਲੀ ਬਣਵਾਈ ਜੀ ਉਸ ਤੋਂ ਪਿੱਛੇ ਮੈਂ ਡੇਢੀ ਸੰਘਾਰ ਕੇ ਆਂਦੀ ਜੀ ਸੰਘਾਰ ਕੇ ਤਾਂ ਮੈਂ ਸਰਕਾਰ ਦੀ ਡਿਊਟੀ ਤੇ ਜਾ ਰਿਹਾ ਜਿਸ ਵਕਤ ਅੱਲਾਹ ਤਾਲਾ ਦਾ ਹੁਕਮ ਆਣਾ ਜੀ ਉਸ ਵੇਲੇ ਮੈਂ ਪਹੁੰਚਣਾ ਜੀ ਬੜੀ ਮਿਹਰਬਾਨੀ ਜਨਾਬ ਅੱਲਾਹ ਤਾਲਾ ਆਪਕੋ ਸਲਾਮਤ ਰੱਖੇ ਹੋਮੇ ਦੁਆਵਾਂ ਮੇਂ ਯਾਦ ਰੱਖੇ